ਥਾਣਾ ਬੀ ਡਿਵੀਜ਼ਨ ਦੇ ਤਹਿਤ ਆਉਂਦੇ ਇਲਾਕੇ ਸੁਲਤਾਨਵਿੰਡ ਰੋਡ ਚੁੰਗੀ ਮੰਦਰ ਵਿਖੇ ਚੱਲੀ ਗੋਲੀ ਨਾਲ ਇੱਕ ਨੌਜਵਾਨ ਕਰਨ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ADCP 3 ਹਰਪਾਲ ਸਿੰਘ ਨੇ ਆਖਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੋਲੂ ਮੁੰਡੇ ਨੇ ਫੋਨ ਕਰਕੇ ਮੇਰੇ ਬੇਟੇ ਨੂੰ ਸੁੱਤੇ ਨੂੰ ਘਰੋਂ ਸੱਦਿਆ, ਕੰਨ ਚੇਤੀ ਆਇਆ, ਮੇਰੀ ਲੜਾਈ ਹੋ ਗਈ, ਉੱਥੇ ਲਿਆ ਕੇ ਮੇਰੇ ਮੁੰਡੇ ਨੂੰ ਗੋਲੀ ਇੰਨੇ ਗੋਲੂ ਨੇ ਮਰਵਾਈ, ਅਤੇ ਬਾਕੀ ਹੋਰ ਮੁੰਡੇ ਤਾਂ ਕਿਹੜੇ ਕਿਹੜੇ ਨਾਂ ਲਿਆ ਭਾਅ ਜੀ। ਗੋਲੂ ਮੇਰੇ ਬੇਟੇ ਨੂੰ ਲਿਆਇਆ, ਗੋਲੂ ਦੀ ਲੜਾਈ, ਗੋਲੂ ਮੇਰੇ ਮੁੰਡੇ ਦੇ ਯਾਰ ਦੋਸਤ ਬਣਿਆ, ਹਰ ਵਾਰੀ ਇਹ ਮੁੰਡੇ ਮੇਰੇ ਨੂੰ ਜਰਾ ਨਿੱਕੀ ਨਿੱਕੀ ਗੱਲ ਤੋਂ ਮੇਰੇ ਮੁੰਡੇ ਨੂੰ ਘਰੋਂ ਸਾਥ ਦਿੱਤਾ ਭਾਅ ਜੀ। ਇੰਨਾ ਨਹੀਂ ਪਤਾ ਮੇਰੇ ਮੁੰਡੇ ਨੂੰ ਯਾਰ ਦੋਸਤ ਦਾ ਫੋਨ ਆਇਆ, ਬ੍ਰਦਰ ਮੈਂ ਨਹੀਂ ਲੱਗ ਗਈ। ਅੱਜ ਜੀ ਹੁਣ ਇੱਕ ਸਿਵਲ ਹੋਸਪਿਟਲ ਆਏ ਹਾਂ, ਜਿੱਥੇ ਪਤਾ ਲੱਗਾ ਕਿ ਲੜਕਾ ਕਰਨ ਜੋ ਮੰਦਰ ਵਾਲੇ ਬਾਜ਼ਾਰ 'ਚ ਰਹਿਣ ਵਾਲਾ ਵਾ, ਇਹਨੂੰ ਇਹਦੇ ਘਰ ਕਿਸੇ ਦਾ ਗੋਲੂ ਦੋਸਤ ਆ, ਉਹਨੇ ਫੋਨ ਕਰਕੇ ਬੁਲਾਇਆ ਇਹਨੂੰ ਕਿ ਝਗੜਾ ਹੋਇਆ ਇੱਥੇ ਪਹੁੰਚੋ। ਇਹ ਉੱਥੇ ਯਾਰ ਦੋਸਤਾਂ ਨਾਲ ਚਲ ਗਿਆ ਵਾ, ਜੋ ਬਾਅਦ ਦੇ ਵਿੱਚ ਕਿਸੇ ਦੋਸਤ ਨੇ ਦੱਸਿਆ ਕਿ ਕਰਨ ਨੂੰ ਗੋਲੀ ਲੱਗ ਗਈ ਆ, ਜੋ ਇੱਥੇ ਕਰਨ ਨੂੰ ਹੋਸਪਿਟਲ ਲੈ ਕੇ ਆਏ ਜਿੱਥੇ ਉਹਦੀ ਜਿਹੜੀ ਆ ਡੈਥ ਹੋ ਚੁੱਕੀ ਗੋਲੀ ਲੱਗਣ ਦੇ ਨਾਲ। ਜੋ ਉਹਦੇ ਜਿਹੜੇ ਵਾਰਸ ਆ ਉਹਨਾਂ ਦੇ ਨੂੰ ਪੁੱਛਗਿੱਛ ਕਰਕੇ ਉਹਨਾਂ ਦਾ ਬਿਆਨ ਲਿਖ ਕੇ ਜੋ ਵੀ ਦੋਸ਼ੀ ਪਾਏ ਗਏ ਜਿਨ੍ਹਾਂ ਨੇ ਅੱਖੀ ਪੋਕਾ ਵੇਖਿਆ ਵਾ ਉਹਨਾਂ ਦੇ ਬਿਆਨ 'ਤੇ ਕਾਰਵਾਈ ਕਰਕੇ ਪਰਚਾ ਦਰਜ ਕਰੇ।